البعض جلال فريا پالا جلال فريا پالا پالا بھائی کہندا جتے سدھو دے علاقے چائے ہوئے ہاں ایک بھائی کہندا وی ایک واری کہے وی کانگے والا آ گیا چوٹی چوٹی دے چوٹی دے آئے ہوئے ہیں یہ پٹی ترتی ہے بہراج والا یوں آیا بڑا ویر کہنا کمیٹی والے بالے کیٹ بھرا ہے دلوں دعاواں نے سب دے لئی آؤ دلوں دعاواں نے دلال پوریا اتار سونے ٹی شرٹ رکھ پاسے آج دے دن دا بڑا مقابلہ ادھر ساڈے ویر نے پانی کھڑے تو سردار جسویر سنگھ جی سرپنچ صاحب وڈے پیار انہوں نے پوچھتے کیتے ہیں 15,000 پربندھ کمیٹی لئی بہت بہت دھنواد ہے میرا ویر آیا ہوا ہے ملیشیا تو دھنواد کریں گے ویرا بھائی داتے باس والا جنہوں نے پہلیاں دے وچ اندروں جہاز دکھایا چڑھدی کلا کبڈی کلا ملیشیا والے بھائی ساڈے سربجیت چیما نرندر کالا کہندے گلوٹی پنڈ والا دویندر کگا ویر ساڈا تے نال ویرا داتے واس ਧੰਨਵਾਦ ਕਰਾਂਗੇ ਵੀਰਾਂ ਦਾ ਅੱਜ ਦੇ ਦਿਨ ਦਾ ਵੱਡਾ ਮੁਕਾਬਲਾ ਲੈ ਵੀ ਦਸ਼ਮੇਸ਼ ਲੈਟ ਸੁਣ ਲੈ ਬਾਜ ਖੋਲਦੇ ਥੋੜੀ ਭਰਾ ਬਣ ਕੇ ਉਹ ਜਿੰਨੇ 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 ਬਖਸ਼ੇ ਬਖਸ਼ੇ ਅੱਜ ਬੋਲਦੇ ਬੁਲਾਲਾ ਭਰਾ ਬਣ ਕੇ ਉਹ ਪਪਾ ਲਗੇ ਮੱਛੂ ਵਾਲੇ ਉਹ ਚੋਟੀ ਦਾ ਮੇਲਾ ਚੱਲਦਾ ਆਓ ਸਾਹਮਣੇ ਪਹਿਲੀ ਕਬੱਡੀ ਸੁਫੇ ਪਿਆ ਜੋ ਆਉਂਦੀ ਆ
ਸਾਥੀ ਵੇਖਿਆ ਪਾਲਾ ਜਲਾਲਪੁਰੀਆ ਅਮਰਤ ਵੇਲੇ ਦੇ ਪਹਿਲੇ ਪੈਰ ਵਰਗਾ ਉਹ ਧਾਵੀਆਂ ਤੇ ਕਰਦਾ ਅਟੈਕ ਮਿੱਤਰੋ 12 ਮੋਰ ਦੀ ਪੱਕੀ ਤੇ ਖੈਰ ਵਰਗਾ ਆ ਲੱਗਾ ਜ ਫਸਰੇ ਦਾ ਉਹ ਵੇਖ ਲੈ ਲੰਬੜਾ ਹਰਖੋ ਵਾਲਿਆ ਸਾਹਮਣੇ ਦੇ ਰੰਗ ਵਾਲਾ ਮਾਲਾ ਕਿ ਰੰਗ ਦੀਆਂ ਤੁੱਕੀਆਂ ਜਤਾ ਦੇਣ ਬਾਜੀਆਂ ਹੱਥਾਂ ਵਿੱਚ ਫੜੇ ਭਾਵੇਂ ਜੱਗੇ ਹੁੰਦੇ ਆ ਕੱਚਿਆਂ ਘਰਾਂ ਦੇ ਵਿੱਚ ਜੰਮੇ ਜਾਇਆਂ ਦੇ ਰੰਗ ਤੇ ਇਰਾਦੇ ਸੋਨੀ ਚਾਚਾ ਜਿਉਂਦਾ ਰਵੇ ਰੇਡ ਵਗਾਈ ਆਓ ਕਹਿੰਦੇ ਕਬੱਡੀ ਫੇਰ ਗੁੱਦੇ ਵਾਲੇ ਬੂਟੇ ਨੇ ਪਾਦੀ ਹੈ ਹਰਖੋ ਵਾਲਿਆ ਕੱਲ ਰੋਲੀ ਭਾਈ ਦੇ ਕਬੱਡੀ ਕੱਪ ਦਾ ਬੈਸਟ ਰਿਹਾ ਮੇਰੇ ਮਿੱਤਰੋ ਪਿਛਲੇ ਸਾਲ ਸੈਮੀ ਦਾ ਫਾਈਨਲ ਦਾ ਇਹ ਸਾਲ ਫਾਈਨਲ ਦਾ ਬੈਸਟ ਆ ਕੱਲਾਂ ਵਾਲੇ ਮੁੰਡਾ ਯਾਰੀਆ ਜਲਾਲਪੁਰੀਆ ਪਾਲਾ ਜਲਾਲਪੁਰੀਆ ਪਾਲਾ ਕਹੋ ਮਲਿਆਂ ਦਾ ਝਾਫਾ ਏ ਗੁੱਦੇ ਵਾਲਾ ਵੀ ਕਹਿੰਦੇ ਤਕੜਾ ਮੇਰੇ ਮਿੱਤਰੋ ਓਏ ਬੱਲਾ ਬੱਲੇ ਬੱਲੇ ਕਰਵਾ ਦੇ ਓ ਗੁੱਦੇ ਪਿੰਡ ਵਾਲਿਆ ਏ ਛੋਟੇ ਵੀਰ ਬੱਚੇ ਬਜ਼ੁਰਗ ਲਾਈਵ ਜੁੜੇ ਹੋਏ ਓਏ ਬੂਟੇ ਆ ਗਿਆ ਕਹਿੰਦੇ ਧੰਨਵਾਦ ਆ ਸਾਰੇ ਵੀਰਾਂ ਦਾ ਆ ਮੇਲੇ ਲਈ ਕੁੱਲ ਕੁੱਟ ਦੁਨੀਆ ਜੁੜੀ ਹੋਵੇਗੀ ਆਓ ਕਾਂਗੇ ਵਾਲਾ ਗੁਰਵਿੰਦਰ ਤਿਆਰ ਆ ਰਾਜੂ ਭਾਊ ਤਿਆਰ ਆ ਇਹ ਸਾਹਮਣੇ ਕਹਿੰਦੇ ਰਾਜੂ ਭਾਊ ਕਾਂਗੇ ਪਿੰਡ ਵਾਲਾ ਲਾ ਤਕੜਾ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਪਹਿਲੇ ਸੈਮੀ ਮੈਚ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ ਜਲਦੀ ਦੇ ਨਾਲ ਲੱਗਦਾ ਜ਼ੋਰ ਆਓ ਸਾਹਮਣੇ ਕੈਂਚੀ ਵੱਜ ਗਈ ਹੈ ਵੱਜ ਜਾਵੇ ਕੈਂਚੀ ਤਾਂ ਹਾੜ ਜੇਲ ਹੁੰਦੀ ਹੈ ਬਗਾਨੇ ਪੋਤੇ ਤਾਂ ਪੇਲ ਦਿੰਦੇ ਜਿਵੇਂ ਚਕਲੇ ਤੇ ਰੋਟੀ ਵੇਲ ਹੁੰਦੀ ਹੈ ਉਹ ਜੀ ਜਾਣ ਪੰਜਾਬੀਓ ਆਹ ਕੌਡੀ ਖੇਲ ਹੁੰਦੀ ਹੈ ਘੋੜਾ ਕਹਿੰਦੇ ਨੌਜਵਾਨ ਸਾਹਮਣੇ ਕਾਂਗੇ ਪਿੰਡ ਵਾਲਾ ਵੱਡਾ ਮੇਲਾ ਕਰਵਾਇਆ ਗੁਰਵਿੰਦਰ ਨੇ ਆਪਣੇ ਪਿੰਡ ਓਏ ਆਹ ਦੋ ਨੰਬਰ ਤੋਂ ਬਾਲਾ ਤਿੱਖਾ ਹੈ ਆਹ ਦੋ ਨੰਬਰ ਤੋਂ ਜੁੜਦਾ ਹੋਇਆ ਅੰਮ੍ਰਿਤ ਪਹਿਲਾ ਸੈਮੀ ਕਿਹਦਾ ਹੋਣਾ ਦੱਸ ਕੇ ਯਾ ਯਾਰਾ ਅੰਮ੍ਰਿਤਪੁਰ ਕੋਲ ਪਰਚੀ ਹੈ ਤੇ ਆਪਾਂ ਟੀਮਾਂ ਬੁਲਾ ਲਈਏ ਆਓ ਲੰਬੜਾ ਆਓ ਵੇਖ ਲੰਬੜਾ ਨਜ਼ਾਰਾ ਬੱਗੇ ਪਿੰਡ ਦੇ ਦੁੱਲੇ ਦਾ ਨਾਮ ਹਰਖ ਵਾਲੀ ਮੇਸ਼ੀ ਦਾ ਆਓ ਕਹਿੰਦੇ ਕਮਾਲ ਦਾ ਨੰਬਰ ਆਪਣੀ ਟੀਮ ਦੇ ਜੋੜਦਾ ਹੋਇਆ ਘੁੱਦੇ ਪਿੰਡ ਵਾਲਾ ਆ ਮੱਲ ਫੇਰ ਵੇਰ ਵੇਰ ਕੇ ਤੁਰ ਆਉਂਦਾ ਆ ਸਟਾਪਲੈਂਡ ਤੇ ਕਬੱਡੀ ਪਾਉਣੀ ਆ ਵੱਡੇ ਜਿਗਰੇ ਵਾਲੇ ਪਾਉਂਦੇ ਆ ਓਏ ਵੱਡੇ ਜਿਗਰੇ ਵਾਲੇ ਪਾਉਂਦੇ ਆ ਗੁਰਵਿੰਦਰ ਕਾਂਗੇ ਵਾਲਾ ਖੇਡ ਕਬੱਡੀ ਦਾ ਵੱਡਾ ਮੱਲ ਸਰਦਾਰ ਸ਼ੇਰ ਸਿੰਘ ਨੂੰ ਮਾਨ ਹੈ ਆਪਣੇ ਪੁੱਤਰ ਦੇ ਉੱਪਰ ਪਰ ਨੰਬਰ ਕਹਿੰਦੇ ਘੁੱਦੇ ਵਾਲਾ ਆਓ ਬੂਟਿਆ ਓਏ ਘੁੱਦੇ ਵਾਲਿਆ ਤੂੰ ਤਕੜਾ ਡੀ ਕੜਾਈ ਦੇਵਾ ਪਾਪੇ ਦੀ ਉਹ ਰੱਖੀ ਗੌਰ ਗੌਰ ਟਾਕਿਆ ਮੈਂ ਸਰਪੰਚੀ ਲੈਣੀ ਹੈ ਇਹ ਮੈਂ ਵੀ ਇਹ ਚੜਾ ਕਹਿੰਦਾ ਕਬੱਡੀ ਪੈ ਗਈ ਵੱਡੇ ਬਾਈ ਕਬੱਡੀ ਪੈ ਗਈ ਮੇਰੇ ਮਿੱਤਰੋ ਯਾਰ ਨੇ ਯਾਰ ਦੇ
ਵਿਚਾਰੇ ਤਿਆਰ ਗੁੱਟ ਫੜ ਡਬਲ ਟੱਚ ਨੰਬਰ ਧਾਵੀ ਦੇ ਸੇ ਜੁੜਦਾ ਹੋਇਆ ਬੱਗੇ ਪਿੰਡ ਵਾਲੇ ਦੁਨੇ ਦੀ ਦੁਨੀਆ دیਵਾਨੀ ਹੈ ਜਲਾਲਪੁਰੀਏ ਨੂੰ ਦੁਨੀ ਕਹਿੰਦੇ ਦੁਨੀਆ ਮੜਾ ਮੁਹੀ ਪਿਆਰ ਕਰਦੀ ਹੈ ਆਓ ਜਲਾਲਪੁਰੀਆ ਪਾਲਾ ਆ ਸੀਜ਼ਨ ਦਾ ਪਹਿਲਾ ਮੈਚ ਆਓ ਦੁਨੀਆ ਦੇ ਵਿੱਚ ਵੱਡੀ ਗੱਲ ਹੋਈ ਪਈ ਹੈ ਹਰਖੋ ਵਾਲੀਆ ਮੇਸ਼ੀ ਹੈ ਪੱਕੇ ਤੌਰ ਤੇ ਆਸਟ੍ਰੇਲੀਆ ਦੇ ਚ ਰਹਿਣ ਵਾਲਾ ਮੱਲ ਮੇਰੇ ਮਿੱਤਰੋ ਇੱਕ ਬਨੇ ਸਰਹਾਲਾ ਰਣੋਂ ਦੀ ਵੱਡੀ ਖੇਡ ਕਲੱਬ ਆਓ ਸਾਡੇ ਸੇਵਾ ਰਣ ਜੀ ਸਤਿਕਾਰਯੋਗ ਨੇ ਹਰਖੋ ਵਾਲੀਆ ਮੇਸ਼ੀ ਤੇ ਦਿਓਗੜੀਆਂ ਲਾਓ ਜਫਾ ਕੇ ਨਹੀਂ ਮੇਰੇ ਮਿੱਤਰੋ ਆਓ ਹਰਖੋ ਵਾਲੀਆ ਮੇਸ਼ੀ ਇੱਕ ਜਾਨਦਾਰ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਅਗਲੇ ਮੈਚ ਦੀਆਂ ਟੀਮਾਂ ਅਮਰੀਕ ਬੁਲਾ ਜਰਾ ਜੱਤੀ ਦੋਤੇ ਨੂੰ ਵੇਟਦੀ ਆ ਦੋਤਾ ਤੇ ਖੀਵਾ ਟੀਮਾਂ ਪੁੱਜ ਜਾਣ ਦੋਤਾ ਦੇ ਖੀਵਾ ਉਹ ਟੀਮਾਂ ਜਲਦੀ ਆ ਜਾਣ ਪੰਜਾਬ ਪੁਲਿਸ ਵਾਲੇ ਭਰਾ ਕਹਿੰਦੇ ਵੀ ਇਹਨਾਂ ਨੂੰ ਠੋਕ ਕੇ ਕਹਵੇ ਵੀ ਕੋਈ ਸ਼ਰਾਰਤ ਨਾ ਕਰਿਓ ਵੀ ਅਸੀਂ ਚੱਕ ਕੇ ਠੌੜੇ ਲੈ ਗਏ ساری رات ایک پاسا ہی کٹی جانا یہ بےدی ہے میری برا کے دے بھی ٹھوک کے کہہ دے کوئی ہل جل نہ کرے ہو پر شاشن نے آخیا بھی جے کوئی شرارت کروں اسی چک کے تھوڑے لے جانا یہ ساری رات آؤ سامنے ਕਬੱਡੀ ਨਿੱਕੇ ਦੇ ਚਰਚੇ ਦੁਨੀਆਂ ਵਿੱਚ ਹੋਏ ਆ ਸ਼ਗਦੌਲਤ ਦੇ ਕਾਕੇ ਦੀ ਖੇਡ ਕਲੱਬ ਮੈਚ ਸਮਾਪਤ ਅੱਜ ਕਿਵੇਂ ਚੋਟੀ ਦਾ ਮੁਕਾਬਲਾ ਇੱਥੇ ਹੈ ਦੋਦਾ ਦੋਦਾ ਤੇ ਖੀਵਾ ਖੀਵਾ ਇੱਕ ਇਹਦੇ ਵਿੱਚੋਂ ਟੀਮ ਇਸ਼ਾਰਾ ਕਰ ਦੋ ਵੀਰਾ ਜੀ ਇਹਦੇ ਵਿੱਚੋਂ ਧਾਂਗਾ ਜੇ ਤੁਰਿਆ ਗੁਰਸੇਵ ਸਿੰਘ ਦੀ ਸੇਬੀ ਭਰਾ ਸਾਡਾ ਜਿਹਨੇ ਕਹਿੰਦੇ ਹਾਕਮ ਵਾਲੀ ਜੱਗੂ ਦਾ ਵੱਡੇ ਪੱਧਰ ਤੇ ਵੱਡਾ ਸਨਮਾਨ ਕਰਨਾ ਹੈ ਗੁਰਵਿੰਦਰ ਵੀਰਾ ਸਾਡਾ ਘੈਂਟ ਬਾਈ ਘੈਂਟ ਬਾਈ ਵੱਲੋਂ ਕਹਿੰਦੇ ਸੋਨੀ ਦੋਦੜੇ ਵਾਲੇ ਦਾ ਵੱਡੇ ਪੱਧਰ ਤੇ ਵੱਡਾ ਸਨਮਾਨ ਕੀਤਾ ਜਾਵੇਗਾ ਬੂਟੇ ਬਾਈ ਆਪਣੇ ਕੋਲੇ ਨਾ ਡੜਪੇ ਵਾਲਾ ਕਹਿੰਦੇ ਨੰਨਾ ਕੋਚ ਆਇਆ ਹੈ ਨੰਨਾ ਪਲੇਅਰ ਵੀ ਬਹੁਤ ਵਧੀਆ ਹੈ ਅਸੀਂ ਦਿਲੋਂ ਧੰਨਵਾਦ